नमस्कार, तुसी देख रहे हो इंडिया क्राइम न्यूज़ 24। अज लोक इंसाफ पार्टी बटाला हलका प्रधान विजय त्रेन अते उन्हां दे लीडरां ने विशेष तौर पर उमरपुरा रोड पहुँच के उत्थे दे दुकानदार भरावां नूं उन्हां दा दर्द सुनांदिआं कहा कि इह मेरे दुकानदार भरा सड़क दी मंदी हालत नूं लै के नरक भरी जिंदगी बतीत कर रहे हन। लोक इंसाफ पार्टी लोगों के इंसाफ लई बनी है। पार्टी प्रधान सरदार सिमरजीत सिंह बैंस जी के दिशा निर्देशों अनुसार इन्हां लोगों का दर्द विजय त्रेन जी ने अपने उपर लैंदिआं कहा, यह दर्द मैनू है और मैं पंजाब सरकार तो पूछना चाहता हाँ कि कदों तक मेरे ये भरा नरक भरी जिंदगी बतीत करेंगे। इसका सरकार नू कोई समा दसना पवेगा कि कदों इस सड़क दे सीवरेज अते सड़क दी उसारी शुरू होवेगी ते कदों खत्म होवेगी। मैं प्रेस माध्यम राही सरकार कोलों इस दी उसारी लई समय दी मंग करदा हाँ। इस मौके ते शशि कुमार बटाला सिटी प्रधान, बटाला हलका सीनियर मीत प्रधान, राजदीप कौर बटाला सिटी वाइस प्रधान, उजाला खुल्लर, PA सरदार नवजोत सिंह आदि हाजिर सन। बटाला तो कुलविंदर सिंह ते अमित शर्मा दी खास रिपोर्ट। प्लीज साडे चैनल नू लाइक ते सब्सक्राइब करो। आ कीता वा अपनी ते पर इहदा फायदा कोई हुंदा नहीं, जां ते फिर चंगी तरह करो इहदा पूरे चैनलां ते पूरा पता लगे कि हां सच इह जनता रो रही है। इत्थे लोग इहो जिहे ने जिन्हां नू इन्नी सट लगदी पई है। साडा क्लीनिक है, बेचारे लोग लिबड़ के इत्थे ब्याह शादी जांदे ने, लिबड़ के जांदे ने, ठीक है ना। ਕੋਈ ਹੋਰ ਰਸਤਾ ਵੀ ਨਹੀਂ ਹੈਗਾ, ਮੇਨ ਤੇ ਕਲੋਨੀਆਂ ਨੂੰ ਵੀ ਇੱਧਰ। ਇਹ ਹੈ ਕਿ ਕੋਈ ਵੀ ਜਨਤਾ ਇੱਥੋਂ ਵੋਟ ਨਹੀਂ ਪਾਏਗੀ ਅਗਰ ਸਰਕਾਰ ਇਹ ਹੱਲ ਨਾ ਕਰੇਗੀ। ਦੇਖੋ, ਕੋਈ ਵੀ ਇੱਥੇ ਨੇਤਾ ਆਏਗਾ ਉਹਨਾਂ ਦੇ ਇਕੱਠ ਵਿੱਚ ਕੋਈ ਸ਼ਾਮਿਲ ਨਹੀਂ ਹੋਏਗਾ, ਭਾਵੇਂ ਕੋਈ ਕਾਂਗਰਸ ਹੋਏ, ਭਾਵੇਂ ਕੋਈ ਅਕਾਲੀ ਹੋਵੇਗਾ, ਭਾਵੇਂ ਕੋਈ ਪੰਜਾਬ ਕੋਲ ਮੰਗਦੇ ਆ ਕਿਉਂਕਿ ਨੌਕਰੀਆਂ ਨੌਕਰੀਆਂ ਤਾਂ ਮਿਲਦੀਆਂ ਨਹੀਂ ਅਤੇ ਨਾ ਮਿਲਦੀਆਂ ਹੀ ਆ। ਅਸੀਂ ਇਹੋ ਹੀ ਚਾਹੁੰਦੇ ਹਾਂ ਕਿ ਚਲੋ ਸਾਡਾ ਅਵਕਾਸ਼ ਹੋਏ। ਇਹ ਵਿਕਾਸ ਤਾਂ ਹੋ ਹੀ ਨਹੀਂ ਨਾ ਰਿਹਾ, ਜਮਾ 15 ਸਾਲ ਹੋ ਗਏ ਇੱਥੇ ਪਾਣੀ ਜਾਣੀ ਕਿ ਬੈਕ ਪਾਣੀ ਜਿਹੜਾ ਬਾਥਰੂਮ ਆ ਚਰਚ ਹੋ ਜਾਂਦੇ ਜਾ ਕੇ ਅਤੇ ਫਿਰ ਜਦੋਂ ਕੋਈ ਮਰ ਜਾਂਦੇ ਆ ਮਹੱਲੇ ਵਾਲੇ 5-10 ਜੀ ਟਾਈਫਾਇਡ ਹੋ ਜਾਂਦਾ, ਕੁਛ ਹੋ ਜਾਂਦਾ ਅਤੇ ਫਿਰ ਪ੍ਰਸ਼ਾਸਨ ਕਹਿ ਦਿੰਦਾ ਭੱਜ ਨੱਠ ਕਰੋ ਜੀ, ਇਹਨਾਂ ਦੇ ਘਰਾਂ ਵੱਲ ਜਾਓ। ਉਲਟ ਉਹ ਸਗੋਂ ਆਣ ਕੇ ਅਤੇ ਉਹ ਚਲਾਨ ਕੱਟਣਾ ਸ਼ੁਰੂ ਕਰ ਦਿੰਦੇ ਆ। ਹੁਣ ਦੱਸੋ ਵੀ ਇੱਥੇ ਕਿਹਨੂੰ ਬੰਦਾ ਗਏ ਸੁਣਨਾ, ਤਾਂ ਪ੍ਰਸ਼ਾਸਨ ਹੀ ਨਹੀਂ ਸੁਣਦਾ, ਕੋਈ ਸਰਕਾਰ ਨਹੀਂ ਸੁਣਦੀ। ਮੰਤਰੀ ਆਉਂਦੇ ਆ ਝੂਠੇ ਦਿਲਾਸੇ ਦੇ ਕੇ ਚਲ ਜਾਂਦੇ ਆ, ਪਰ ਕੋਈ ਇੱਧਰ ਵੇਖਦਾ ਨਹੀਂ। ਰੋਜ਼ ਪਤਾ ਨਹੀਂ ਕਿੰਨੇ ਹਾਦਸੇ ਹੁੰਦੇ ਆ। ਆ ਹੁਣ ਤਾਂ ਆ ਇਹਨਾਂ ਨੇ ਦੱਸਿਆ ਸੀ, ਪਿੱਛੇ ਅਸੀਂ ਧਰਨਾ ਲਾਇਆ ਮਹੀਨਾ ਪਹਿਲਾਂ, ਇਹਨਾਂ ਨੇ ਕਿਹਾ ਸੀ ਵੀ ਹਫ਼ਤੇ ਵਿੱਚ ਕੰਮ ਸ਼ੁਰੂ ਹੋ ਜਾਏਗਾ, ਪਰ ਹਫ਼ਤਾ ਕੀ ਇੱਥੇ ਮਹੀਨਾ ਲੰਘ ਗਿਆ। ਫਿਰ ਇਹਨਾਂ ਨੇ ਕਿਹਾ ਸੀ ਵੀ ਇੱਕ ਮੇਲਾ ਲੰਘਣਾ ਵਾ, ਉਹਦੇ ਕੀਰਤਨ ਲੰਘਣ ਤੋਂ ਬਾਅਦ ਕੰਮ ਸ਼ੁਰੂ ਹੋਏਗਾ, ਉਹਨੂੰ ਵੀ 2 ਹਫ਼ਤੇ ਹੋ ਗਏ। ਫਿਰ ਮਿੱਟੀ ਜੀ ਪਾ ਕੇ ਅਤੇ ਨਾ ਜਿਹਾ ਕਰਕੇ ਆ ਕੰਮ ਸ਼ੁਰੂ, ਫੇਰ ਨਹੀਂ ਹੋਇਆ। ਠੀਕ ਆ, ਇਹ ਸਾਨੂੰ ਬਸ ਮਿੱਠੀ ਗੋਲੀ ਦੇ ਜਾਂਦੇ ਆ ਅਤੇ ਕੰਮ ਹੋਣ ਦਾ ਨਾਂ ਨਹੀਂ ਲੈਂਦੇ। ਸਾਡੇ ਮੰਤਰੀ ਆਪਸ ਵਿੱਚ ਲੜਦੇ ਆ ਵੀ ਅਸੀਂ ਕੰਮ ਕਰਾਵਾਂਗੇ, ਅਤੇ ਮਤਲਬ ਵੋਟਾਂ ਦੇ ਸਿਰ 'ਤੇ ਆ ਸਾਰਾ ਕੁਛ। ਇਹਦੇ ਸਰਕਾਰ ਨੂੰ ਚਾਹੀਦਾ ਵਾ ਵੀ ਇੰਡੀਆ ਨੂੰ ਇੰਡੀਆ ਰਹਿਣ ਦਿਓ। ਇਹ ਉੱਦਾਂ ਦਿਲਾਸੇ ਦਿੰਦੇ ਆ ਵੀ ਕਨੇਡਾ ਬਣਾ ਦਾਂਗੇ, ਉਹ ਬਣਾ ਦਾਂਗੇ, ਅਤੇ ਪੰਜਾਬ ਦੀ ਇਤਿਹਾਸ ਸੁਧਾਰ ਲਓ, ਤੁਸੀਂ ਕਨੇਡਾ ਬਾਅਦ 'ਚ ਬਣਾ ਲਿਓ। ਸਰਦਾਰ ਸਿਮਰਜੀਤ ਸਿੰਘ ਬੈਂਸ ਜਿਨ੍ਹਾਂ ਦਾ ਇੱਕੋ ਹੀ ਟੀਚਾ ਕਿ ਜਿੱਥੇ ਲੋਕਾਂ ਦੇ ਇਨਸਾਫ ਲਈ, ਲੋਕਾਂ ਦੇ ਹਿੱਤਾਂ ਲਈ ਜਾਂ ਲੋਕਾਂ ਦੇ ਹੱਕ ਸੱਚ ਲਈ ਖਲੋਣਾ ਪਏ, ਅਸੀਂ ਉਹਨਾਂ ਦੇ ਨੁਮਾਇੰਦੇ ਹਾਂ ਬਟਾਲੇ ਹਲਕੇ ਤੋਂ। ਸਾਨੂੰ ਭਾਵੇਂ ਸਾਡੀ ਜਾਨ ਦਾ ਕਤਰਾ ਕਤਰਾ ਸਰਕਾਰ ਕੱਢ ਲਏ, ਜਿੰਨਾ ਚਿਰ ਤੱਕ ਇਹਨਾਂ ਲੋਕਾਂ ਨੂੰ ਇਨਸਾਫ ਨਹੀਂ ਮਿਲੇਗਾ ਆਪਾਂ ਚੈਨ ਦੀ ਨੀਂਦ ਨਹੀਂ ਸੋਵਾਂਗੇ। ਭਾਵੇਂ ਸਾਡੇ 'ਤੇ ਇੱਕ ਪਰਚਾ ਦਿੱਤਾ, ਭਾਵੇਂ 2 ਹੋਰ ਦੇ ਦੇਣ, ਅਤੇ ਭਾਵੇਂ 5 ਦੇ ਦੇਣ, ਅਤੇ ਭਾਵੇਂ 10 ਦੇ ਦੇਣ। ਉਦਣ 'ਚ ਅਸੀਂ ਗਾਂਧੀ ਚੌਂਕ ਬੈਠੇ ਸੀ ਅਤੇ ਅਸੀਂ ਇਸ ਕਰਕੇ ਬੈਠੇ ਸੀ, ਆਹ ਜਨਤਾ ਦੀਆਂ ਸਮੱਸਿਆਵਾਂ ਨੇ। ਇਹਨਾਂ ਸਮੱਸਿਆਵਾਂ ਨੂੰ ਤੁਸੀਂ ਵੇਖੋ ਕਿ ਕਿਸ ਤਰ੍ਹਾਂ ਇਹਨਾਂ ਦੇ ਦਿਲ ਰੋ ਰਹੇ ਆ। ਇਹ ਕਹਿੰਦੇ ਸਾਡੇ ਕੋਲ ਤਾਂ ਸਾਰਾ ਹੁਣ ਸਭ ਕੁਝ ਸਿਸਟਮ ਹੀ ਖਰਾਬ ਹੋ ਗਿਆ ਵੀ 2 ਮਹੀਨੇ ਧਰਨੇ ਵੀ ਲਾ ਕੇ ਵੇਖ ਲਏ, ਸਾਡੀ ਸਰਕਾਰ ਨੇ ਨਹੀਂ ਸੁਣਵਾਈ ਕੀਤੀ। ਮੰਤਰੀ ਆਉਂਦੇ ਆ ਝੂਠਾ ਦਿਲਾਸਾ ਦੇ ਜਾਂਦੇ ਆ ਇਸ ਕਰਕੇ ਵੀ ਕੱਲ੍ਹ ਨੂੰ ਫਿਰ ਵੋਟਾਂ ਮੰਗਣ ਦੇ ਹੱਕਦਾਰ ਬਣਾਂਗੇ, ਪਰ ਨਹੀਂ, ਜਨਤਾ ਜਿੰਨੀ ਦੁਖੀ ਆ, ਸਰਕਾਰ ਨੇ ਬੇੜਾ ਗਰਕ ਕਰਕੇ ਰੱਖ ਦਿੱਤਾ ਪੂਰੇ ਪੰਜਾਬ ਦਾ, ਔਰ ਖਾਸ ਕਰ ਬਟਾਲਾ ਸ਼ਹਿਰ ਨੂੰ ਪੰਜਾਬ ਦੇ ਵਿੱਚੋਂ ਨਕਸ਼ੇ 'ਚੋਂ ਮਿਟਾ ਕੇ ਰੱਖ ਦਿੱਤਾ ਇਹਨਾਂ ਨੇ। ਪਰ ਇਹਨਾਂ ਨੂੰ ਇੱਕ ਦਿਨ ਐਸਾ ਆਏਗਾ, ਇਹਨਾਂ ਨੂੰ ਸਭ ਕੁਝ ਯਾਦ ਆਵੇਗਾ, ਇਹ ਦੁਨੀਆ ਇਹਨਾਂ ਨੂੰ ਯਾਦ ਕਰਾਏਗੀ, ਲੋਕ ਇਨਸਾਫ ਪਾਰਟੀ ਇਹਨਾਂ ਨੂੰ ਚੇਤਾ ਕਰਾਏਗੀ। ਭਾਵੇਂ ਪਰਚੇ ਜਿੰਨੇ ਮਰਜ਼ੀ ਦੇ ਲੈਣ, ਅਸੀਂ ਆਪਣੇ ਆਖਰੀ ਕਤਰੇ ਤੱਕ, ਜਿੰਨਾ ਚਿਰ ਤੱਕ ਸਾਡੀਆਂ ਰਗਾਂ 'ਚ ਖੂਨ ਵੱਸਦਾ, ਅਸੀਂ ਪਰਚਿਆਂ ਤੋਂ ਜਾਂ ਇਹਨਾਂ ਦੀਆਂ ਡਾਂਗਾਂ ਤੋਂ ਜਾਂ ਇਹਨਾਂ ਦੀਆਂ ਮਾਰਾਂ ਤੋਂ ਘਬਰਾਉਣ ਵਾਲੇ ਨਹੀਂ। ਇਹਨਾਂ ਲੋਕਾਂ ਦੇ ਇਨਸਾਫ ਲਈ ਬਣੇ ਆ, ਅਤੇ ਲੋਕਾਂ ਦੇ ਇਨਸਾਫ ਲਈ ਆਪਣੀ ਦੇਸ਼ ਭਗਤੀ ਲਈ ਆਪਣੀ ਜਾਨ ਤੱਕ ਵਾਰ ਦਿਆਂ, ਜੋ ਮਰਜ਼ੀ ਹੋ ਜਾਵੇ। ਆ ਵੇਖੋ ਤੁਸੀਂ ਉਮਰਪੁਰਾ ਸੜਕ ਦੀ ਰੋਡ, ਇਹ ਰੋਡ ਦਾ ਇੰਨਾ ਮਾੜਾ ਹਾਲ ਹੈ, ਮੈਂ 10 ਵਾਰੀ ਜਿਹੜੇ ਧਰਨੇ ਦਿੱਤੇ ਸੀ ਗਾਂਧੀ ਚੌਂਕ 'ਤੇ, ਉਹ ਜਾ ਕੇ ਫਿੱਟਿਆ ਸੀ ਇਹਨਾਂ ਨੂੰ, ਪੰਜ ਪ੍ਰਸ਼ਾਸਨ ਨੂੰ, ਗੁਰਦਾਸਪੁਰ ਜ਼ਿਲ੍ਹੇ ਦੇ ਪ੍ਰਸ਼ਾਸਨ ਨੂੰ,
ਤੇ ਪੰਜਾਬ ਸਰਕਾਰ ਦਾ ਮੁਰਦਾਬਾਦ ਇਸ ਕਰਕੇ ਕਰਦਾ ਕਿਉਂਕਿ ਮਰੀ ਪਈ ਸਰਕਾਰ ਹੈ ਇਹ ਕਿਉਂ ਨਹੀਂ ਜੁੰਦੀ ਇਹਨਾਂ ਨੂੰ ਸਿਰਫ ਵੋਟਾਂ ਲੈਣ ਵੇਲੇ ਜਿੱਦਾਂ ਹੁੰਦਾ ਉਦੋਂ ਹੀ ਜਾਗਦੀ ਹੈ ਇਹ ਕੁੰਭ ਕਰਨੀ ਨੀਂਦ ਸੁੱਤੇ ਹੈ ਤੇ ਇਹਨਾਂ ਨੂੰ ਉੱਠਣਾ ਹੀ ਪਏਗਾ ਇਹਨਾਂ ਨੂੰ ਜਨਤਾ ਦੀ ਆਵਾਜ਼ ਸੁਣਨੀ ਪਏਗੀ ਇਹਨਾਂ ਦੀ ਆਵਾਜ਼ ਸੁਣਾਉਣ ਵਾਸਤੇ ਲੋਕ ਇਨਸਾਫ ਪਾਰਟੀ ਬਟਾਲੇ ਵਿੱਚ ਆ ਗਈ ਹੈ ਤੇ ਇਹਨਾਂ ਨੂੰ ਪੂਰਾ ਤਮਾਚਾ ਮਾਰੇਗੀ ਚਾਹੇ ਸਾਨੂੰ ਆਪਣਾ ਸੰਘਰਸ਼ ਕਿੰਨਾ ਵੀ ਤਿੱਖੇ ਤੋਂ ਤਿੱਖਾ ਕਰਨਾ ਪਏ ਨਾ ਇਹਨਾਂ ਦੇ ਸਰਕਾਰ ਦੇ ਪਰਚੇ ਕੋਲ ਡਰਦੇ ਆ ਜੀ ਨਾ ਹੀ ਕਿਸੇ ਡਾਂਗਾ ਕੋਲ ਡਰਦੇ ਆ ਕਿਸੇ ਚੀਜ਼ ਕੋਲ ਨਹੀਂ ਡਰਦੇ ਸਾਡਾ ਪੰਜਾਬ ਦਾ ਬੱਬਰ ਸ਼ੇਰ ਸਰਦਾਰ ਸਿਮਰਜੀਤ ਸਿੰਘ ਬੈਂਸ ਜਿਹਦਾ ਹੱਥ ਸਾਡੇ ਸਿਰ ਤੇ ਹੈ ਕਲਗੀਆਂ ਵਾਲੇ ਪਾਤਸ਼ਾਹ ਦਾ ਹੱਥ ਸਾਡੇ ਸਿਰ ਤੇ ਹੈ ਇਹ ਜਨਤਾ ਦੇ ਵਿੱਚ ਉਹ ਪਰਮਾਤਮਾ ਵਸਦਾ ਉਹ ਕਲਗੀਆਂ ਵਾਲਾ ਵਸਦਾ ਤੇ ਸਾਨੂੰ ਉਹ ਸੰਦੇਸ਼ਾ ਭੇਜਦਾ ਕਿ ਜਨਤਾ ਦੀ ਆਵਾਜ਼ ਸੁਣੋ ਜਨਤਾ ਬਹੁਤ ਦੁਖੀ ਹੈ ਇਹ ਜਨਤਾ ਦੁਖੀ ਹੈ ਇਹਨਾਂ ਦੀ ਆਵਾਜ਼ ਅਸੀਂ ਸੁਣਨੀ ਹੈ ਜੋ ਮਰਜ਼ੀ ਹੋਏ ਤੇ ਅਸੀਂ ਸੰਘਰਸ਼ ਕਰਦੇ ਰਹਾਂਗੇ ਪੰਜਾਬ ਸਰਕਾਰ ਨੂੰ ਮੈਂ ਸੰਦੇਸ਼ ਦਿੰਦਾ ਕਿ ਇਹ ਸੜਕ ਜਿਹੜੀ ਉਮਰਪੁਰਾ ਰੋਡ ਹੈ ਮੈਂ ਪ੍ਰੈਸ ਮਾਧਿਅਮ ਮੇਰੇ ਵੀਰਾਂ ਦਾ ਮੈਂ ਧੰਨਵਾਦ ਕਰਨਾ ਕਿ ਮੇਰੇ ਛੋਟੇ ਜਿਹੇ ਸੁਨੇਹੇ ਤੇ ਮੇਰੇ ਵੀਰ ਆਪਣੇ ਬੜਾ ਕੀਮਤੀ ਸਮਾਂ ਕੱਢ ਕੇ ਆਏ ਆ ਕਿਉਂਕਿ ਇਹ ਸੜਕ ਤੇ ਆਉਣਾ ਇੱਕ ਸਮਝ ਲਓ ਵੀ ਪਹਾੜੀ ਇਲਾਕੇ ਦੇ ਵਿੱਚੋਂ ਦੀ ਤੇ ਆਪਣੀ ਜਾਨ ਨੂੰ ਮੁੱਲ ਲੈਣ ਵਾਲੀ ਗੱਲ ਹੈ ਹਾਂਜੀ ਸੰਘਰਸ਼ ਕਰਦੇ ਰਹਾਂਗੇ ਸੰਘਰਸ਼ ਹੈ ਜਨਤਾ ਦੀ ਆਵਾਜ਼ ਜਿਹੜੀ ਹੈ ਆਪੇ ਪੰਜਾਬ ਸਰਕਾਰ ਤੱਕ ਪਹੁੰਚੇਗੀ ਕੈਪਟਨ ਸਾਹਿਬ ਜਿਹੜੇ ਸੁੱਤੇ ਨੇ ਪਹੁੰਚੇ ਸੁੱਤੀ ਪਈ ਸਰਕਾਰ ਹੈ ਮੈਂ ਜਨਤਾ ਨੂੰ ਵੀ ਜਗਾਉਣਾ ਚਾਹੁੰਦਾ ਕਿ ਜਦੋਂ ਇਹਨਾਂ ਦਾ ਕੋਈ ਇਲੈਕਸ਼ਨ ਹੁੰਦਾ ਜਿਵੇਂ ਹੁਣ ਕਾਰਪੋਰੇਸ਼ਨ ਦੀ ਇਲੈਕਸ਼ਨ ਹੋਣੀ ਹੈ ਇਹਨੂੰ ਤਮਾਚਾ ਮਾਰੋ ਨਹੀਂ ਤੁਹਾਡੀ ਆਵਾਜ਼ ਸੁਣਦੇ ਜੇ ਆਵਾਜ਼ ਸੁਣਦੇ ਆ ਤੇ ਤੁਸੀਂ ਵੇਖੋ ਜਿਹੜਾ ਤੁਹਾਡੀ ਆਵਾਜ਼ ਸੁਣਦਾ ਉਹਦੇ ਹੱਕ ਲਈ ਲੜੋ ਉਹਦੇ ਹੱਕ ਦੇ ਵਿੱਚ ਬੈਠੋ ਉਹਦੇ ਹੱਕਾਂ 'ਚ ਵੋਟਾਂ ਦਿਓ ਜਿਹੜਾ ਤੁਹਾਡੇ ਜਨਤਾ ਦੇ ਆ ਕੇ ਟੁਕੜੇ ਸੁਣਦਾ ਜਾਂ ਜਿਹੜੇ ਕੰਮ ਕਰਾਉਂਦਾ ਜਿਹੜੀਆਂ ਸਰਕਾਰਾਂ ਤੁਹਾਡੇ ਕੋਲ ਵੋਟਾਂ ਲੈ ਕੇ ਆਪਣੇ ਮੋਹ ਮਾਇਆ ਦੇ ਜਾਲ ਵਿੱਚ ਉਹਦੇ ਉੱਤੇ ਮਾਇਆ ਦੇ ਸੌ ਜਾਂਦੀਆਂ ਨੇ ਉਹਨਾਂ ਨੂੰ ਉੱਠਣਾ ਪਏਗਾ ਚਾਹੇ ਉਹਨਾਂ ਨੂੰ ਕਿੰਨਾ ਵੀ ਨਸ਼ਾ ਮਾਇਆ ਦਾ ਹੋਏਗਾ ਚਾਹੇ ਕਿੰਨਾ ਵੀ ਉਹਨਾਂ ਨੂੰ ਤਾਕਤ ਦਾ ਨਸ਼ਾ ਹੋਏਗਾ ਅਸੀਂ ਨਾ ਤੁਹਾਡੀਆਂ ਤਾਕਤਾਂ ਤੋਂ ਡਰਦੇ ਹਾਂ ਨਾ ਤੁਹਾਡੀ ਮਾਇਆ ਤੋਂ ਡਰਦੇ ਹਾਂ ਅਸੀਂ ਉਸ ਪਰਮਾਤਮਾ ਅਕਾਲ ਪੁਰਖ ਸੱਚੇ ਪਾਤਸ਼ਾਹ ਦੇ ਛੋਟੇ ਜਿਹੇ ਨੁਮਾਇੰਦੇ ਹਾਂ ਸੱਚੇ ਭਗਤਾਂ ਅਤੇ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਉਮਰਪੁਰਾ ਵਾਲਿਆਂ ਨਾਲ ਖੜੇ ਹਾਂ ਚਾਹੇ ਸਾਡੀ ਜਾਨ ਨਿਕਲ ਜਾਏ ਚਾਹੇ ਸਾਡੇ 'ਤੇ 100 ਪਰਚਾ ਹੋ ਜਾਏ ਅਸੀਂ ਨਹੀਂ ਡਰਦੇ ਲੋਕ ਇਨਸਾਫ ਪਾਰਟੀ ਨਾ ਡਰੇਗੀ ਨਾ ਡਰਦੀ ਹੈ ਔਰ ਨਾ ਜ਼ਿੰਦਗੀ 'ਚ ਕਦੀ ਡਰੇਗੀ ਲੋਕ ਇਨਸਾਫ ਪਾਰਟੀ ਜ਼ਿੰਦਾਬਾਦ